ਅੱਜ ਆਪਾਂ ਜਿਸ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਜੀ, ਉਸ ਸਥਾਨ ਤੱਕ ਪਹੁੰਚਣ ਵਿੱਚ ਤੁਹਾਨੂੰ ਕੋਈ ਰੁਕਾਵਟ ਨਾ ਆਵੇ, ਇਸ ਲਈ ਇਸ ਵੀਡੀਓ ਦੀ ਸਟਾਰਟਿੰਗ ਵਿੱਚ ਅਸੀਂ ਥੋੜ੍ਹਾ ਜਿਹਾ ਰਸਤਾ ਪਾਇਆ। ਇਸ ਰਸਤੇ ਨੂੰ ਫੋਲੋ ਕਰਦੇ ਹੋਏ ਤੁਸੀਂ ਉਸ ਸਥਾਨ ਤੱਕ ਪਹੁੰਚ ਸਕਦੇ ਹੋ ਜੀ, ਅਤੇ ਤੁਹਾਨੂੰ ਕੋਈ ਵੀ ਰੁਕਾਵਟ ਨਹੀਂ ਆਏਗੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਵਿੱਚ ਵਾਹਿਗੁਰੂ ਜੀ ਲਿਖਿਓ ਜੀ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਅਸੀਂ ਨਾ ਜੀ ਜਦੋਂ ਪੱਕੇ ਭੋਰੇ ਨੂੰ ਬਾਬਾ ਅਤਰ ਸਿੰਘ ਜੀ ਦੇ ਨੂੰ ਦਰਸ਼ਨ ਕਰਨ ਜਾ ਰਹੇ ਸੀ ਨਾ, ਤਾਂ ਰਸਤੇ ਦੇ ਵਿੱਚ ਅਸੀਂ ਰੁਕ ਗਏ। ਜਾਣੀ ਇਹ ਨਾ ਵੀਰ ਨੇ ਮੋਟਰ ਬਣਾਈ ਹੋਈ ਆ, ਜਾਣੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਅਤੇ ਵੀਰ ਨੇ ਬਹੁਤ ਸੋਹਣੀ ਮੋਟਰ ਬਣਾਈ ਆ, ਅਤੇ ਇਹ ਸਾਡੇ ਤੋਂ ਰੁਕੇ ਬਿਨਾਂ ਰਿਹਾ ਨਹੀਂ ਗਿਆ ਜੀ। ਅਤੇ ਇਹ ਆ ਸਾਡਾ ਵੀਰ ਜੀ। ਕੀ ਵਧੀਆ ਜੀ, ਕਿਹੜਾ ਪਿੰਡ ਆ ਜੀ ਆਪਣਾ? ਥੋੜਾ ਪਿੰਡ ਹੈ ਜੀ ਰਾਮਪੁਰ। ਅੱਛਾ ਜੀ, ਇਹ ਕਿਵੇਂ ਸ਼ੌਂਕ ਜਾਗਿਆ ਇਸ ਮੋਟਰ ਨੂੰ ਇੰਨਾ ਸੋਹਣਾ ਬਣਾਉਣ ਦਾ ਜੀ? ਬਸ ਉੱਦਾਂ ਹੀ ਬੈਠੇ ਸੀ, ਕਿਤੇ ਯਾਰ ਬੇਲੀ ਆ ਜਾਂਦੇ ਆ, ਅੱਛਾ ਜੀ, ਗੱਲਾਂ ਮਾਰ ਲਈਆਂ ਨੇ। ਅੱਛਾ ਜੀ, ਉਸ ਤੋਂ ਬਾਅਦ ਫਿਰ ਬਣਾਤੀ ਆਪਾਂ। ਫਿਰ ਜਿਹੜੀ ਬਹੁਤ ਸੋਹਣੀ ਵੀਰ ਨੇ ਮੋਟਰ ਬਣਾਈ ਹੋਈ ਆ ਜੀ, ਪਿੱਛੇ ਨਾ ਜਿਵੇਂ ਛੰਨ ਹੁੰਦੀ ਆ ਉਹਦੀ, ਦੇਖੋ ਤੁਸੀਂ ਕਾਨਿਆਂ ਦੀ ਉਸੇ ਤਰ੍ਹਾਂ ਪਾਈ ਹੋਈ ਆ ਕਾਹੀ ਦੀ, ਤੇ ਦੇਖੋ ਕਿੰਨਾ ਸੋਹਣਾ ਇਹ ਵੀਰ ਨੇ ਮੇਨਟੇਨ ਕੀਤਾ ਇਸ ਮੋਟਰ ਨੂੰ, ਬਹੁਤ ਸੋਹਣੀ ਲੱਗਦੀ ਆ ਜੀ ਇਹ ਮੋਟਰ। ਇੱਕ ਹੋਰ ਤੁਹਾਨੂੰ ਉਰੇ ਗੱਲ ਦੱਸਦੇ ਹਾਂ, ਜਾਣੀ ਲਾਈਟ ਨਹੀਂ ਹੈਗੀ, ਨਹੀਂ ਆਪਾਂ ਤੁਹਾਨੂੰ ਨਾ ਚਲਾ ਕੇ ਦਿਖਾਉਣੀ ਸੀ ਚੀਜ਼ ਇਹ। ਇਹਦੇ ਵਿੱਚ ਜਦੋਂ ਪਾਣੀ ਭਰ ਜਾਂਦਾ ਆਲੂ ਦੇ ਵਿੱਚ ਜੀ, ਆਹ ਪਾਈਪਾਂ ਲਾਈਆਂ ਹੋਈਆਂ ਨੇ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ, ਇਹਦੇ ਵਿੱਚ ਪੂਰਾ ਪੂਰਾ ਪਾਣੀ ਗਿਰਦਾ ਚਾਰੇ ਪਾਸੇ ਜੀ। ਜਾਣੀ ਇੱਕ ਬਹੁਤ ਸੋਹਣਾ ਲੱਗਦਾ ਸੀਨ ਇਹ ਜਦੋਂ ਪਾਣੀ ਗਿਰਦਾ ਆ ਇਹਦੇ ਵਿੱਚ ਜੀ। ਕਦੇ ਵੀਡੀਓ ਫਿਰ ਬਣਾਈ ਅਸੀਂ ਤਾਂ ਇਸ ਚੱਲਦੀ ਮੋਟਰ ਦੀ ਵੀਡੀਓ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ। ਆਪਾਂ ਜੀ ਨਾ ਐਂਟਰ ਹੋ ਗਏ ਹੁਣ ਇਸ ਛੰਨ ਦੇ ਅੰਦਰ, ਤੁਸੀਂ ਦੇਖ ਸਕਦੇ ਹੋ ਇਹ ਅੰਦਰ ਚੁੱਲ੍ਹਾ ਬਣਾਇਆ ਹੋਇਆ ਆ। ਜਾਣੀ ਜਿਹੜੇ ਖਾਣ ਪੀਣ ਦੇ ਸ਼ੌਕੀਨ ਨੇ ਜੀ ਮੁੰਡੇ, ਮੋਟਰਾਂ ਦੇ ਉੱਤੇ ਹੀ ਬਣਾਉਂਦੇ ਰਹਿੰਦੇ ਨੇ ਕੁਛ ਨਾ ਕੁਛ, ਅਤੇ ਇਹ ਚੁੱਲ੍ਹਾ ਬਣਿਆ ਹੋਇਆ ਆ। ਤੁਸੀਂ ਯਕੀਨ ਮੰਨਿਓ ਬਹੁਤ ਸੋਹਣੀ ਇਹ ਛੰਨ ਬਣੀ ਹੋਈ ਆ, ਅਤੇ ਇੱਕ ਬਹੁਤ ਵਧੀਆ ਵਾਈਬ ਇਸ ਛੰਨ ਦੇ ਅੰਦਰ ਆਉਂਦੀ ਆ। ਜਾਣੀ ਗਰਮੀ ਬਹੁਤ ਜ਼ਿਆਦਾ ਆ, ਅਤੇ ਇਸ ਛੰਨ ਦੇ ਵਿੱਚ ਬਹੁਤ ਜ਼ਿਆਦਾ ਕੂਲਿੰਗ ਆ। ਜਾਣੀ ਮਨ ਨੂੰ ਇੱਕ ਬਹੁਤ ਵਧੀਆ ਜੀ ਲੱਗ ਰਿਹਾ ਜੀ ਇਸ ਛੰਨ ਦੇ ਵਿੱਚ ਅੰਦਰ ਆ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤਪ ਸਥਾਨ ਬਾਬਾ ਸ਼੍ਰੀ ਅਤਰ ਸਿੰਘ ਜੀ ਦੇ ਸਥਾਨ ਉੱਪਰ ਆਏ ਹਾਂ। ਇਸ ਸਥਾਨ ਦੀ ਅੱਜ ਆਪਾਂ ਵੀਡੀਓ ਬਣਾਵਾਂਗੇ, ਦਰਸ਼ਨ ਕਰਾਂਗੇ, ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਇਸ ਜਗ੍ਹਾ ਤੋਂ ਜੀ ਟ੍ਰੇਨ ਸ਼ਾਂਤ ਹੋ ਕੇ ਚੱਲਦੀ ਆ, ਆਪਾਂ ਉਹ ਜਗ੍ਹਾ ਦੇਖਾਂਗੇ ਜੀ ਜਿਸ ਜਗ੍ਹਾ ਬਾਬਾ ਜੀ ਇਸ਼ਨਾਨ ਕਰਦੇ ਸੀ, ਉਹ ਤੁਹਾਨੂੰ ਜਗ੍ਹਾ ਦਿਖਾਉਂਦੇ ਹਾਂ ਜੀ। ਇੱਕ ਆ ਜੀ ਉਰੇ ਗੋਖੇ ਦੀ ਛੱਪੜੀ ਜੀ, ਜਿਹਦੇ ਵਿੱਚ ਨਹਾਉਣ ਨਾਲ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਨੇ ਜੀ। ਦੂਰੋਂ ਦੂਰੋਂ ਲੋਕ ਉਸ ਛੱਪੜੀ ਦੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਜੀ। ਸਾਡੇ ਨਾਲ ਬਣੇ ਰਹੋ ਜੀ, ਆਪਾਂ ਉਸ ਛੱਪੜੀ ਦੇ ਵੀ ਦਰਸ਼ਨ ਕਰਾਂਗੇ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਹੁਣ ਮਿਲਾਂਗੇ ਆਪਾਂ ਸਥਾਨ ਉੱਪਰ ਜੀ, ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ।
ਆਜੋ ਜੀ ਆਪਾਂ ਹੁਣ ਉਸ ਪਵਿੱਤਰ ਖੂਹੀ ਦੇ ਦਰਸ਼ਨ ਕਰਦੇ ਹਾਂ ਜੀ, ਜਿਸ ਜਗ੍ਹਾ ਬਾਬਾ ਜੀ ਇਸ਼ਨਾਨ ਕਰਦੇ ਹੁੰਦੇ ਸੀਗੇ ਜੀ। ਸਵੇਰੇ 1 ਵਜੇ ਤਕਰੀਬਨ ਉੱਠਦੇ ਸੀਗੇ ਜੀ ਤੇ 101 ਡੋਲ ਨਾਲ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਜੀ। ਇਹ ਆ ਜੀ ਉਹ ਪਵਿੱਤਰ ਖੂਹੀ ਜੀ, ਜਿਸ ਉੱਤੇ ਜਿਸ ਜਗ੍ਹਾ ਬਾਬਾ ਜੀ ਇਸ਼ਨਾਨ ਕਰਦੇ ਸੀਗੇ ਜੀ। ਅੱਜ ਇਸ ਜਗ੍ਹਾ ਦੇ ਉੱਤੇ ਨਲਕਾ ਲਗਾ ਦਿੱਤਾ ਆ ਜੀ ਤੇ ਸੰਗਤ ਆਉਂਦੀ ਆ ਇਸ ਖੂਹੀ ਦਾ ਜਲ ਛਕਦੀ ਆ ਜੀ। ਇਹ ਆ ਜੀ ਸੰਤ ਬਾਬਾ ਅਤਰ ਸਿੰਘ ਜੀ ਦਾ ਸਰੂਪ ਲੱਗਿਆ ਹੋਇਆ ਅਸਥਾਨ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਜੀ। ਤੇ ਇਹ ਆ ਜੀ ਉਹ ਜਗ੍ਹਾ ਜਿਸ ਜਗ੍ਹਾ ਬਾਬਾ ਜੀ ਇਸ਼ਨਾਨ ਕਰਦੇ ਸੀ ਜੀ। ਅੱਜ ਹੁਣ ਆਪਾਂ ਚੱਲਦੇ ਹਾਂ ਉਸ ਜਗ੍ਹਾ ਨੂੰ ਦੇਖਦੇ ਹਾਂ ਜਿਸ ਜਗ੍ਹਾ ਤੋਂ ਟ੍ਰੇਨ ਸ਼ਾਂਤ ਹੋ ਕੇ ਚੱਲਦੀ ਆ। ਬਾਬਾ ਜੀ ਭਗਤੀ ਕਰਦੇ ਹੁੰਦੇ ਸੀ, ਤਪੱਸਿਆ ਕਰਦੇ ਹੁੰਦੇ ਸੀਗੇ। ਕਿਹਾ ਜਾਂਦਾ ਵੀ ਸ਼ਾਮ ਦੇ ਸਮੇਂ ਬਾਬਾ ਜੀ ਇਸ ਜਗ੍ਹਾ ਦੇ ਉੱਤੇ ਆਉਂਦੇ ਹੁੰਦੇ ਸੀਗੇ ਜੀ, ਤੇ ਦਿਨ ਵੇਲੇ ਬਾਬਾ ਜੀ ਖੇਤੀ ਕਰਦੇ ਹੁੰਦੇ ਸੀ ਗੁਰਦੁਆਰਾ ਰੇਰੂ ਸਾਹਿਬ ਕੋਲ ਜੀ। ਆਪਾਂ ਉਹ ਜਗ੍ਹਾ ਵੀ ਦੇਖਾਂਗੇ ਜੀ, ਬਣੇ ਰਹੋ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੀ। ਜਦੋਂ ਆਪਾਂ ਸਥਾਨ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਛੋਟੀ ਬਗੀਚੀ ਬਣੀ ਹੋਈ ਹੈ। ਇਹ ਬਗੀਚੀ ਦੋਨੋਂ ਸਾਈਡ ਬਣੀ ਹੋਈ ਹੈ ਜੀ, ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ। ਇੱਥੇ ਆਪਾਂ ਕੁਝ ਦੇਰ ਬੈਠ ਸਕਦੇ ਹਾਂ, ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਹਾਂ ਜੀ, ਨਾਮ ਸਿਮਰਨ ਕਰ ਸਕਦੇ ਹਾਂ। ਬਹੁਤ ਸ਼ਾਂਤੀ ਹੈ ਜੀ ਇਸ ਸਥਾਨ ਉੱਪਰ। ਆਓ ਜੀ ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ। ਇਹ ਜੀ ਅੱਜ ਦਾ ਫੁਰਮਾਨ ਵੀਡੀਓ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ। ਦਰਸ਼ਨ ਆਪਾਂ ਕਰ ਲਏ ਜੀ, ਤੁਹਾਨੂੰ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਲਾਈਕ ਕਰਿਓ। ਚੈਨਲ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਆਜੋ ਜੀ ਹੁਣ ਆਪਾਂ ਦਰਸ਼ਨ ਕਰਦੇ ਹਾਂ ਸੰਤ ਬਾਬਾ ਅਤਰ ਸਿੰਘ ਜੀ ਦੇ ਭੋਰੇ ਦੇ ਜੀ, ਜਿਸ ਜਗ੍ਹਾ ਬਾਬਾ ਜੀ ਤਪੱਸਿਆ ਕਰਦੇ ਹੁੰਦੇ ਸੀ, ਭਗਤੀ ਕਰਦੇ ਹੁੰਦੇ ਸੀਗੇ। ਬਾਬਾ ਈਸ਼ਰ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ ਵੀ ਉਹਨਾਂ ਨਾਲ ਇਸ ਜਗ੍ਹਾ ਦੇ ਉੱਤੇ ਬੈਠਦੇ ਹੁੰਦੇ ਸਨ ਜੀ। ਆਜੋ ਆਪਾਂ ਦਰਸ਼ਨ ਕਰਦੇ ਹਾਂ ਜੀ ਇਸ ਭੋਰੇ ਦੇ ਜੀ। ਆਪਾਂ ਸਾਰੇ ਦਰਸ਼ਨ ਕਰ ਰਹੇ ਹਾਂ ਜੀ ਪੱਕਾ ਭੋਰਾ ਸਾਹਿਬ ਸੰਤ ਬਾਬਾ ਅਤਰ ਸਿੰਘ ਜੀ ਦੇ ਜੀ। ਇਸ ਭੋਰੇ ਦੇ ਪਿਛਲੇ ਪਾਸੇ ਦੀ ਰੇਲਵੇ ਲਾਈਨ ਲੰਘਦੀ ਆ ਜੀ, ਉਹਦੇ ਉੱਤੋਂ ਅੱਜ ਵੀ ਜਦੋਂ ਟ੍ਰੇਨਾਂ ਲੰਘਦੀਆਂ ਨੇ ਜੀ, ਇਸ ਧਰਤੀ ਨੂੰ ਬੋਲੀ ਧਰਤੀ ਕਿਹਾ ਜਾਂਦਾ ਆ। ਜਾਣੀ ਟ੍ਰੇਨਾਂ ਦੀ ਆਵਾਜ਼ ਜੀ ਇਸ ਭੋਰੇ ਦੇ ਵਿੱਚ ਬਿਲਕੁਲ ਵੀ ਨਹੀਂ ਆਉਂਦੀ ਜੀ। ਤੁਸੀਂ ਯਕੀਨ ਮੰਨਿਓ ਕਦੇ ਤੁਹਾਡਾ ਮੌਕਾ ਲੱਗਿਆ ਤੁਸੀਂ ਇਸ ਭੋਰੇ ਦੇ ਦਰਸ਼ਨ ਕਰਨ ਆਏ
ਤਾਂ ਤੁਸੀਂ ਇਸ ਭੋਰੇ ਦੇ ਅੰਦਰ ਬੈਠ ਕੇ ਜ਼ਰੂਰ ਦੇਖਿਓ ਜੀ, ਤੁਹਾਨੂੰ ਟ੍ਰੇਨਾਂ ਦੀ ਆਵਾਜ਼ ਬਿਲਕੁਲ ਵੀ ਇਸ ਭੋਰੇ ਦੇ ਅੰਦਰ ਸੁਣਾਈ ਨਹੀਂ ਦਿੰਦੀ ਜੀ। ਆਜੋ ਜੀ ਆਪਾਂ ਹੁਣ ਉਸ ਰੁੱਖ ਦੇ ਦਰਸ਼ਨ ਕਰਦੇ ਹਾਂ ਜਿਹੜੇ ਬਾਬਾ ਜੀ ਤੋਂ, ਬਾਬਾ ਜੀ ਦੇ ਵੇਲੇ ਦੇ ਰੁੱਖ ਨੇ ਜੀ। ਇਹ ਆ ਜੀ ਉਹ ਰੁੱਖ ਜੀ ਜਿਹੜਾ ਉਸ ਵੇਲੇ ਦਾ ਜੀ, ਅੱਜ ਵੀ ਇਸ ਜਗ੍ਹਾ ਦੇ ਉੱਤੇ ਮੌਜੂਦ ਆ ਜੀ। ਇਸ ਨੂੰ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ, ਤੁਸੀਂ ਦੇਖ ਸਕਦੇ ਹੋ ਉੱਪਰ ਉਨੀ ਜਗ੍ਹਾ ਲੈਂਟਰ ਦੀ ਛੱਡ ਦਿੱਤੀ ਗਈ ਆ ਜੀ, ਤੇ ਇਹ ਰੁੱਖ ਲੈਂਟਰ ਦੇ ਵਿੱਚ ਦੀ ਬਾਹਰ ਕੱਢਿਆ ਗਿਆ ਆ। ਜਾਣੀ ਇਹ ਰੁੱਖ ਉਸ ਵੇਲੇ ਦਾ ਜੀ, ਬਾਬਾ ਜੀ ਦੇ ਵੇਲੇ ਦਾ, ਜਦੋਂ ਬਾਬਾ ਜੀ ਇਸ ਜਗ੍ਹਾ ਦੇ ਉੱਤੇ ਭਗਤੀ ਕਰਦੇ ਹੁੰਦੇ, ਤਪੱਸਿਆ ਕਰਦੇ ਹੁੰਦੇ ਸੀ। ਆਪਾਂ ਹੁਣ ਚੱਲਾਂਗੇ ਜੀ ਉਸ ਰੁੱਖ ਦੀ ਛੱਪੜੀ ਵੱਲ ਨੂੰ ਜੀ, ਜਿਸ ਜਗ੍ਹਾ ਜੀ ਬੱਚਿਆਂ ਦੇ ਨਹਾਉਣ ਨਾਲ ਜਾਂ ਸਰੀਰਕ ਬਿਮਾਰੀ ਜੇ ਕੋਈ ਆਪਾਂ ਨੂੰ ਪ੍ਰੋਬਲਮ ਹੁੰਦੀ ਆ ਉਹਦੇ ਦੁੱਖ ਦੂਰ ਹੁੰਦੇ ਨੇ ਜੀ। ਆਪਾਂ ਉਸ ਛੱਪੜੀ ਨੂੰ ਦੇਖਦੇ ਹਾਂ ਜੀ, ਦਰਸ਼ਨ ਕਰਦੇ ਹਾਂ। ਆਪਾਂ ਛੱਕ ਸਕਦੇ ਹਾਂ ਜੀ ਗੁਰੂ ਕਾ ਲੰਗਰ ਆਪਣੀ ਲੋੜ ਅਨੁਸਾਰ। ਬਸ ਆਪਣੇ ਮਿਲ ਕੇ ਜੀ ਇਸ ਸਥਾਨ ਦੇ ਦਰਸ਼ਨ ਕਰ ਲਏ ਹਨ। ਆਓ ਹੁਣ ਆਪਾਂ ਚੱਲਦੇ ਹਾਂ ਗੋਖੇ ਦੀ ਛੱਪੜੀ ਵੱਲ ਜੀ, ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ।